ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਡਿਸ਼ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਨੇ ਆ ਜੀ ਕੱਚੇ ਆਲੂ ਦੇ ਤੇਜ਼ੀਏ ਸਨੈਕਸ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਤੇ ਸਾਫ਼ ਸੁਥਰੇ ਢੰਗ ਦੇ ਨਾਲ ਦੇਖਦੇ ਹਾਂ ਇਹਦੇ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਜੀ ਇਹਦੇ ਵਾਸਤੇ ਆਪਾਂ ਦੋ ਆਲੂ ਛਿੱਲੇ ਵੱਡੇ ਪਾਣੀ 'ਚ ਪਾਤੇ ਸੂਜੀ ਦੀ ਕੌਲੀ ਆ ਧਨੀਆ ਹਰਾ ਕੱਟਿਆ ਤੇ ਇੱਕ ਮਿਰਚ ਹਰੀ ਮਿਰਚ ਆਪਾਂ ਬਹੁਤ ਘੱਟ ਖਾਣੇ ਇਸ ਕਰਕੇ ਆਪਾਂ ਥੋੜੀ ਪਾਉਨੇ ਆ ਥੋੜੀ ਲਾਲ ਮਿਰਚ ਵੀ ਪੈ ਜਾਣੀ ਆ ਆਲੂ ਆਪਾਂ ਪਾਣੀ ਚ ਪਾ ਦੇ ਤਾਂ ਕਿ ਕਾਲੇ ਨਾ ਹੋਣ ਇਹ ਤੇ ਆਲੂਆਂ ਨੂੰ ਆਪਾਂ ਕद्दूकस ਕਰ ਲੈਣੇ ਆ ਮੈਂ ਵੱਡੇ ਆਲੂ ਲੈ ਜੀ ਲੰਬੇ ਲੰਬੇ ਦੇ ਲੱਛੇ ਆਪਾਂ ਬਣਾ ਲੈਣੇ ਆ ਤੇ ਕद्दूकस ਕਰਕੇ ਇਹਨਾਂ ਨੂੰ ਫਟਾਫਟ ਫੇਰ ਪਾਣੀ ਚ ਪਾ ਦੇਣਾ ਨਹੀਂ ਤਾਂ ਇਹ ਲਾਲ ਹੋ ਜਾਂਦੇ ਆ ਤੇ ਪਾਣੀ ਜੀ ਪਾ ਦੇਣੇ ਆਪਾਂ ਪਾਣੀ ਦੇ ਵਿੱਚ ਦੇਖੋ ਲੱਛੇ ਬਹੁਤ ਸੋਹਣੇ ਬਣੇ ਆ ਇਹਦੇ ਤੇ ਚੰਗੀ ਤਰ੍ਹਾਂ ਇਹਨੂੰ 4-5 ਵਾਰੀ ਧੋ ਲੈਣਾ ਆਪਾਂ ਦੇਖੋ ਪਾਣੀ ਕਿੰਨਾ ਇਹ ਵਾਈਟ ਹੋ ਗਿਆ ਆ ਤੇ ਚਿੱਟਾ ਹੋ ਗਿਆ ਪਾਣੀ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਆਪਾਂ 4-5 ਪਾਣੀ ਆਵੇ ਧੋਲੇ ਦੇਖੋ ਆਪਾਂ ਸਾਫ਼ ਕਰ ਲਿਆ ਤੇ ਹੁਣ ਇੱਧਰ ਆਪਾਂ ਰੱਖ ਲਈ ਕੜਾਹੀ ਇੱਕ ਕੌਲੀ ਆਪਾਂ ਲਈਆ ਸੂਜੀ ਦੀ ਦੋ ਕ올ੀਆਂ ਆਪਾਂ ਲੱਗੇ ਪਾਉਣ ਪਾਣੀ ਦੀਆਂ ਦੋ ਕ올ੀਆਂ ਪਾਣੀ ਦੀਆਂ ਪਾਉਣੀਆਂ ਜੀ ਆਪਾਂ ਇੱਕ ਕੌਲੀ ਸੂਜੀ ਦੀ ਆ ਉਹੀ ਕੌਲੀ ਮੈਂ ਸੂਜੀ ਦੀ ਉੱਧਰ ਰੱਖੀ ਭਰ ਕੇ ਉਹੀ ਕ올ੀਆਂ ਆਪਾਂ ਦੋ ਪਾਣੀ ਦੀਆਂ ਪਾ ਲਈਆਂ ਤੇ ਪਾਣੀ ਗਰਮ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਟੇਸਟ ਦੇ ਅਨੁਸਾਰ ਨਮਕ ਪਾਤਾ ਆ ਅੱਧਾ ਇੱਕ ਚਮਚਾ ਮ ਪਾਇਆ ਜੀ ਤੇ ਇਹਦੇ ਵਿੱਚ ਹੀ ਆਪਾਂ ਸਮਾਨ ਜਿਹੜਾ ਰਲੌਣਾ ਵਿੱਚੇ ਪਾ ਦੇਣਾ ਥੋੜੀ ਜਹੀ ਲਾਲ ਮਿਰਚ ਪਾਈ ਇਹ ਵੀ ਕੌੜੀ ਆ ਇਸ ਕਰਕੇ ਆਪਾਂ ਥੋੜੀ ਪਾਈ ਆ ਤੇ ਵਧੀਆ ਲੱਗਦੀ ਦੇਖਣ ਨੂੰ ਤੇ ਇਹ ਹਰੀ ਮਿਰਚ ਇੱਕ ਆ ਜੀ ਆਪਾਂ ਕੱਟ ਲਈ ਆ ਬਰੀਕ ਬਰੀਕ ਇਹ ਪਾ ਦਤੀ ਆ ਤੇ ਹਰਾ ਧਨੀਆ ਕੱਟਿਆ ਆ ਆਪਾਂ ਉਹ ਵੀ ਪਾ ਦੇਣਾ ਆ ਥੋੜਾ ਜਿਹਾ ਜੀਰਾ ਪਾ ਦੇਣਾ ਆ ਆਪਾਂ ਇਹ ਦੇਖੋ ਹਰਾ ਧਨੀਆ ਆਪਾਂ ਪਾ ਦਿੱਤਾ ਆ ਇਹ ਕਾਫੀ ਸਾਰਾ ਪਾਦਨੇ ਆ ਬਹੁਤ ਸੋਹਣਾ ਲੱਗਦਾ ਦੇਖਣ ਨੂੰ ਟੇਸਟ ਵੀ ਵਧੀਆ ਆਂਦਾ ਆ ਤੇ ਇਹਦੇ ਨਾਲ ਲੁੱਕ ਵੀ ਵਧੀਆ ਬਣ ਜਾਂਦੀ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਜਿਹੜਾ ਤੇਲ ਪਾਉਣ ਲੱਗੇ ਆ ਜੀ ਆ ਦੇਖੋ ਹਲਕੇ ਜਿਹੇ 2 ਚਮਚੇ ਆਪਾਂ ਤੇਲ ਦੇ ਪਾਉਣੇ ਭਰ ਕੇ ਨਹੀਂ ਪਾਏ ਮੈਂ ਦੇਖੋ ਹਲਕੇ ਜਿਹੇ 2 ਚਮਚੇ ਆਪਾਂ ਰਿਫਾਈਨਡ ਆਇਲ ਪਾਤਾ ਇਹ ਥੋੜਾ ਜਿਹਾ ਜੀਰਾ ਪਾ ਦਿੱਤਾ ਆ ਆਪਾਂ ਥੋੜਾ ਜਿਹਾ ਚਾਟ ਮਸਾਲਾ ਪਾ ਦਿੱਤਾ ਇਹਦੇ ਨਾਲ ਟੇਸਟ ਵਧੀਆ ਹੋ ਜਾਂਦਾ ਪਾਣੀ ਆਪਣਾ ਰਿਜਦਾ ਆ ਇਹਨ ਤੇ ਥੋੜਾ ਜਿਹਾ ਆਪਾਂ ਇਹ ਧਨੀਆ ਪਾਊਡਰ ਪਾ ਦਿੱਤਾ ਆ ਤੇ ਆ ਦੇਖੋ ਹੁਣ ਆਪਾਂ ਜਿਹੜੇ ਆਲੂ ਸੀਗੇ ਰੱਖਿਓ ਕੱਦੂ ਕਸ ਕਰਕੇ ਹੁਣ ਆਪਾਂ ਉਹਨਾਂ ਨੂੰ ਪਾਤਾ ਲਿੱਚੇ ਦੇਖੋ ਬਹੁਤ ਸੋਹਣੇ ਖਿਲੇ ਖਿਲੇ ਬਣੇ ਹੋ ਆ ਇਹਨੂੰ ਆਪਾਂ ਕਰ ਦਨੇ ਮਿਕਸ ਚੰਗੀ ਤਰ੍ਹਾਂ ਥੋੜਾ ਜਿਹਾ ਇਹਨਾਂ ਨੂੰ ਆਪਾਂ ਸੇਕ ਲਵਾ ਲੈਣਾ ਆ ਇਹ ਸਾਰਾ ਕੰਮ ਆਪਾਂ ਨੂੰ ਫੁੱਲ ਗੈਸ ਤੇ ਹੀ ਕਰਨਾ ਪੈਣਾ ਹੈ ਤੇ ਜਦੋਂ ਆਪਾਂ ਥੋੜਾ ਸੂਜੀ ਪਾ ਕੇ ਭੁੰਨਣਾ ਉਹਦੋਂ ਸਲੋ ਗੈਸ ਤੇ ਕਰਨਾ ਪੈਣਾ ਹੈ ਪਹਿਲਾਂ ਪਾਣੀ ਵੀ ਆਪਾਂ ਫੁੱਲ ਗੈਸ ਤੇ ਗਰਮ ਕੀਤਾ ਆਲੂ ਜਿਹੜੇ ਇਹਨਾਂ ਨੂੰ ਵੀ ਆਪਾਂ ਫੁੱਲ ਗੈਸ ਤੇ ਹੀ ਸੇਕ ਲਵਾ ਲੈਣਾ ਮੀਡੀਅਮ ਕਰ ਲਓ ਤੇ ਆ ਦੇਖੋ ਆਪਾਂ ਆਲੂ ਜਿਹੜੇ ਆਪਣੇ ਥੋੜੇ ਜਿਹਾ ਪੱਕ ਗਏ ਕੋ ਪਤਲੇ ਆਏ ਵੀ ਕੱਦੂ ਕਸ ਕੀਤੇ ਹੋ ਹੁਣ ਜਿਹੜੀ ਆਪਣੀ ਸੂਜੀ ਦੀ ਕੋਲੀ ਸੀ ਆਪਾਂ ਉਹ ਪਾ ਦਤੀ ਹੈ ਵਿੱਚ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਹੁਣ ਆਪਾਂ ਗੈਸ ਨੂੰ ਘੱਟ ਰੱਖਣਾ ਨਹੀਂ ਤਾਂ ਇੱਕਦਮ ਇਹਨੇ ਸਖਤ ਹੋ ਜਾਣਾ ਸੂਜੀ ਨੇ ਪੱਕਣਾ ਨਹੀਂਗਾ ਹੁਣ ਆਪਾਂ ਸੇਕ ਘੱਟ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਲੂ ਤੇ ਸੂਜੀ ਨੂੰ ਪਕਾ ਲੈਨੇ ਆ ਤੇ ਇਦਾਂ ਹੌਲੀ ਹੌਲੀ ਨਾਲ ਇਹਨੂੰ ਆਪਾਂ ਰਲਾਈ ਜਾਂਦੇ ਤਾਂ ਕਿ ਸੂਜੀ ਕਿਤੇ ਇੱਕ ਜਗ੍ਹਾ ਗੱਠੀ ਗੱਠਣਾ ਬਣੀ ਰਵੇ ਇਕੱਠੀ ਨਾ ਰਵੇ ਉਹ ਤੇ ਇਦਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਸਿਰਫ ਆਲੂ ਤੇ ਸੂਜੀ ਆ ਬਾਕੀ ਮਸਾਲੇ ਆ ਆਪਣੇ ਤੇ ਬਹੁਤ ਵਧੀਆ ਇਹਦੇ ਸਨੈਕਸ ਬਣ ਕੇ ਤਿਆਰ ਹੁੰਦੇ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਤੇ ਆ ਦੇਖੋ ਆਪਾਂ ਇੱਧਰ ਮੈਂ ਬਟਰ ਪੇਪਰ ਲਾ ਲਿਆ ਟਰੇ ਮੇਰੀ ਵੱਡੀ ਹੈ ਥੋੜੀ ਜੀ ਆਪਾਂ ਪੂਰੀ ਟਰੇ 'ਚ ਨਹੀਂ ਲਾਇਆ ਉਧਰੋਂ ਮੈਂ ਥੋੜੀ ਜੀ ਸਪੋਰਟ ਦੇ ਕੇ ਤੇ ਬਟਰ ਪੇਪਰ ਜਿਹੜਾ ਆਪਾਂ ਲਾ ਲਿਆ ਇਹਨੂੰ ਥੋੜਾ ਜਿਹਾ ਤੇਲ ਦੇ ਨਾਲ ਆਪਾਂ ਗ੍ਰੀਸ ਕਰ ਲੰਨੇ ਆ ਤੇ ਚੰਗੀ ਤਰ੍ਹਾਂ ਸਾਈਡਾਂ ਤੇ ਵੀ ਇਹਨ ਲਾ ਲੰਨੇ ਆ ਫਿਰ ਆਪਾਂ ਜਿਹੜਾ ਉਧਰ ਆਲੂ ਤੇ ਸੂਜੀ ਦਾ ਡੋਅ ਤਿਆਰ ਕੀਤਾ ਉਹਨੂੰ ਆਪਾਂ ਇਹਦੇ ਵਿੱਚ ਕੱਢ ਲੈਣਾ ਹੈ ਕੱਢ ਕੇ ਇਹਨੂੰ ਆਪਾਂ ਅੱਧਾ ਘੰਟਾ ਠੰਡਾ ਹੋਣ ਲਈ ਰੱਖ ਦੇਣਾ ਹੈ ਜਿੰਨੇ ਚਿਰ ਚੇ ਠੰਡਾ ਨਹੀਂ ਹੁੰਦਾ ਜੇ ਹੱਥ ਲਾ ਕੇ ਦੇਖ ਲਾਂਗੇ ਜਦੋਂ ਠੰਡਾ ਹੋ ਗਿਆ ਇਹਨੂੰ ਆਪਾਂ ਕੱਟ ਲਮਗੇ ਇਹਦੇ ਵਿੱਚੋਂ ਤੇ ਦੇਖੋ ਐਦਾਂ ਪਾ ਕੇ ਸਾਰਾ ਇਹਨੂੰ ਆਪਾਂ ਇੱਕ ਚਮਚੇ ਦੇ ਨਾਲ ਸੈੱਟ ਕਰ ਦੇਣਾ ਸਵਾਰ ਕੇ ਮੈਂ ਪੂਰੀ ਟ੍ਰੇ 'ਚ ਨਹੀਂ ਲਾਏ ਨਹੀਂ ਤਾਂ ਪੀਸ ਜ਼ਿਆਦਾ ਪਤਲੇ ਹੋ ਜਾਣੇ ਸੀ ਇਸ ਕਰਕੇ ਮੈਂ ਉਧਰੋਂ ਸਪੋਰਟ ਦੇ ਕੇ ਥੋੜੀ ਜਹੀ ਟ੍ਰੇ ਛਾੜ ਦੱਤੀ ਆਪਰੇ ਤੇ ਬਟਰ ਪੇਪਰ ਲਾ ਕੇ ਆਪਾਂ ਇਹਨੂੰ ਚਮਚੇ ਦੇ ਨਾਲ ਐਦਾਂ ਸੈੱਟ ਕਰ ਦਨੇ ਚੰਗੀ ਤਰ੍ਹਾਂ ਤੇ ਜਦੋਂ ਆਪ ਇਹ ਠੰਡਾ ਹੋ ਗਿਆ ਟਾਈਮ ਦਾ ਕੋਈ ਨਹੀਂ ਹੈਗਾ ਵੀ ਇੰਨਾ ਟਾਈਮ ਜਦੋਂ ਠੰਡਾ ਹੋ ਗਿਆ ਇਹਨੂੰ ਆਪਾਂ ਕੱਢ ਲੈਣਾ ਦੇਖੋ ਮੈਨੂੰ 20 ਮਿੰਟ ਲੱਗੇ ਆ ਕਿਉਂਕਿ ਮੌਸਮ ਵੀ ਠੰਡਾ ਹੋਇਆ ਹੁਣ ਤੇ ਠੰਡਾ ਹੋ ਗਿਆ ਇਹ ਸੈੱਟ ਹੋ ਗਿਆ ਤੇ ਥੋੜਾ ਵੱਡਾ ਹੈ ਇਸ ਕਰਕੇ ਆਪਾਂ ਵੱਡੀ ਪਲੇਟ ਦੇ ਵਿੱਚ ਪਹਿਲਾਂ ਇਦਾਂ ਕੱਢ ਲਿਆ ਫਿਰ ਵੱਡਾ ਇੱਕ ਵੱਡਾ ਸਾਰਾ ਢੱਕਣ ਲਾ ਕੇ ਪਲੇਟ ਵੱਡੀ ਲਾ ਕੇ ਉਹਦੇ ਤੇ ਇਹਨੂੰ ਆਪਾਂ ਪਲਟ ਲੈਣੇ ਆ ਜੇ ਛੋਟਾ ਪੀਸ ਹੁੰਦਾ ਫਿਰ ਆਪਾਂ ਇਦਾਂ ਡਾਇਰੈਕਟ ਹੀ ਅਲੱਗ ਦਾਣਾ ਸੀ ਪਰ ਆਪਾਂ ਹੁਣ ਵੱਡਾ ਜਿਹੜਾ ਢੱਕਣ ਮੋਰੇ ਲਾਇਆ ਵੱਡੀ ਪਲੇਟ ਲਾ ਕੇ ਉਹਦੇ ਤੇ ਪਲਟ ਦਿੱਤਾ ਆ ਬਟਰਪੇਪਰ ਆਪਾਂ ਲਾਦਨੇ ਉੱਪਰ ਹੁਣ ਇਹਦੇ ਆਪਾਂ ਪੀਸ ਕਰ ਲੈਣੇ ਆ ਤੇ ਬਹੁਤ ਹੀ ਟੇਸਟੀ ਸਨੈਕਸ ਬਣਦੇ ਆ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੇ ਆ ਤੇ ਦੇਖੋ ਇਦਾਂ ਪਹਿਲਾਂ ਆਪਾਂ ਇਹਦਾਂ ਨੂੰ ਪੀਸ ਕਰ ਲੈਣੇ ਤੇ ਆਪਾਂ ਦੂਜੇ ਪਾਸੇ ਨੂੰ ਪੀਸ ਕਰ ਲੈਣੇ ਵੀਡੀਓ ਤਾਂ ਬਹੁਤ ਲੰਬੀ ਬਣਦੀ ਐ ਤੇ ਪਰ ਮੈਂ ਫਿਰ ਵੀ ਵਿੱਚੋਂ ਕੱਟ-ਕੱਟ ਕੇ ਵੀਡੀਓ ਬਣਾਈ ਐ ਤੇ ਤਾਂ ਕਿ ਪ੍ਰੋਸੈਸ ਪੂਰਾ ਸਮਝ ਲੱਗ ਜਾਊਗਾ ਦੇਖੋ ਪਹਿਲਾਂ ਆਪਾਂ ਇੱਕ ਪਾਸੇ ਨੂੰ ਕੱਟ ਲਿਆ ਹੁਣ ਆਪਾਂ ਦੂਜੇ ਪਾਸੇ ਨੂੰ ਕੱਟ ਲੈ ਪੀਸ ਤੇ ਐਦਾਂ ਹੀ ਆਪਾਂ ਇਹਦੇ ਸਾਰੇ ਪੀਸ ਕੱਢ ਲੈਣੇ ਆ ਛੋਟੇ ਵੱਡੇ ਪੀਸ ਤੁਸੀਂ ਆਪਣੀ ਮਰਜ਼ੀ ਨਾਲ ਕਰ ਲਓ ਮੈਂ ਵੱਡੇ ਪੀਸ ਕੀਤੇ ਆ ਤੇ ਐਦਾਂ ਆਪਾਂ ਇਹਦੇ ਪੀਸ ਕਰ ਲੈਣੇ ਆ ਜੇ ਆਪਾਂ ਪੂਰੀ ਵੀਡੀਓ ਕੱਟਦਿਆਂ ਦੀ ਬਣਾਣੇ ਆ ਜਾਂ ਪੂਰਾ ਪ੍ਰੋਸੈਸ ਕਰਦੇ ਫਿਰ ਬਹੁਤ ਲੰਬੀ ਵੀਡੀਓ ਹੁੰਦੀ ਆਪਾਂ ਸਾਰਾ ਕੁਝ ਸਮਝਾ ਦਿੰਨੇ ਐਦਾਂ ਪਰ ਵੀਡੀਓ ਛੋਟੀ ਬਣਾਣੇ ਆ ਜੀ ਫਿਰ ਵੀ ਲੰਬੀ ਹੋ ਗਈ ਇਹ ਦੇਖੋ ਐਦਾਂ ਆਪਾਂ ਸਾਰੇ ਪੀਸੇ ਦੇ ਕੱਢ ਲੈਣੇ ਆ ਤੇ ਹੁਣ ਮੈਂ ਇੱਕ ਪੀਸ ਰੱਖ ਕੇ ਫੇਰ ਇਹਨੂੰ ਕੱਟ ਕੇ ਦਿਖਾਲਦੈ ਨਹੀਂ ਪਿਆ ਆਪਾਂ ਸਾਰੇ ਪੀਸ ਕੱਟ ਕੇ ਦਿਖਾਲਦੰਨੇ ਆ ਹੁਣ ਆਪਾਂ ਇਹਨੂੰ ਵਿਚਾਲੇਓ ਕੱਟ ਲੈਣਾ ਆ ਕੱਟ ਕੇ ਇਹਦੇ ਆਪਾਂ ਤਕੋਨੇ ਪੀਸ ਐਦਾਂ ਕੱਢ ਲੈਣੇ ਆ ਦੇਖਣ ਨੂੰ ਬਹੁਤ ਵਧੀਆ ਲੱਗਦੇ ਇਹ ਖਾਣ ਨੂੰ ਤਾਂ ਟੇਸਟੀ ਹੁੰਦਾ ਹੀ ਆ ਨਾਸ਼ਤਾ ਇਹ ਉੱਪਰੋਂ ਕਰਾਂਚ ਦੇ ਵਿੱਚੋਂ ਸੌਫਟ ਬਹੁਤ ਸੋਹਣਾ ਬਣਦਾ ਦੇਖੋ ਐਦਾਂ ਆਪਾਂ ਸਾਰੇ ਪੀਸ ਇਹਦੇ ਬਣਾ ਲੈਣੇ ਆ ਬਣਾ ਕੇ ਰੱਖ ਲੈਣੇ ਉਧਰ ਆਪਾਂ ਦੂਜੇ ਪਾਸੇ ਜਿਹੜਾ ਤੇਲ ਗਰਮ ਰੱਖਿਆ ਆ ਦੇਖੋ ਪੀਸ ਆਪਾਂ ਸਾਰੇ ਕਰ ਲਏ ਤਿਆਰ ਹੋ ਗਿਆ ਪੀਸ ਆਪਣੇ ਆ ਦੇਖੋ ਬਹੁਤ ਵਧੀਆ ਬਣ ਗਏ ਆ ਤੇ ਹੁਣ ਆਪਾਂ ਦੂਜੇ ਪਾਸੇ ਤੇਲ ਗਰਮ ਰੱਖਿਆ ਆ ਤੇ ਤੇਲ ਆਪਾਂ ਜਿਹੜਾ ਫੁੱਲ ਸੇਕ ਦੇ ਉੱਤੇ ਗਰਮ ਕੀਤਾ ਆ ਉਹ ਤੇ ਪਹਿਲਾਂ ਕਿਉਂਕਿ ਇਹ ਠੰਡੇ ਆ ਇਹਨਾਂ ਨੇ ਤੇਲ ਇੱਕਦਮ ਠੰਡਾ ਕਰ ਦੇਣਾ ਹੈ ਪਹਿਲਾਂ ਆਪਣਾ ਸੇਕ ਜਿਹੜਾ ਫੁੱਲ ਆ ਗੈਸ ਆਪਣਾ ਤੇ ਆਪਾਂ ਜਿੰਨੇ ਕੇ ਪੀਸ ਪੈਂਦੇ ਉੰਨੇ ਕੇ ਪਾਉਣੇ ਨਹੀਂ ਤਾਂ ਇਹ ਕਿਰੂਨੇ ਚਿਪਕ ਜਾਂਦੇ ਆ ਇਹ ਪਾ ਦਿੱਤੇ ਸਗੇ ਜੀ ਹੁਣ ਇਹਨਾਂ ਨੂੰ ਪਲਟ ਦੰਨੇ ਆ ਕਿਉਂਕਿ ਥੋੜੀ ਸੂਜੀ ਵੀ ਆਪਣੀ ਪੱਕ ਗਈ ਉਹ ਆਲੂ ਵੀ ਪੱਕ ਗਏ ਉਹ ਪਹਿਲਾਂ ਹੀ ਇਸ ਕਰਕੇ ਆਪਾਂ ਫੁੱਲ ਸੇਕ ਦੇ ਉੱਤੇ ਇਹਨਾਂ ਨੂੰ ਬਣਾ ਲੈਣਾ ਹੁਣ ਇਹ ਪਹਿਲਾਂ ਆਪਾਂ ਫੁੱਲ ਸੇਕ ਤੇ ਪਾਤੇ ਇੱਕ ਵਾਰੀ ਪਲਟ ਕੇ ਹੁਣ ਥੋੜਾ ਮੀਡੀਅਮ ਸੇਕ ਕਰ ਦਿੱਤਾ ਹੁਣ ਦੂਜੀ ਵਾਰੀ ਜਦੋਂ ਆਪਾਂ ਫੇਰ ਪਲਟਣੇ ਫੇਰ ਆਪਾਂ ਫੁੱਲ ਸੇਕ ਕਰ ਲੈਣਾ ਹੈ ਫੁੱਲ ਗੈਸ ਕਰਕੇ ਤੇ ਇਹਨਾਂ ਨੂੰ ਆਪਾਂ ਕੱਢ ਲੈਣਾ ਪਹਿਲਾ ਬੈਚ ਆਪਣਾ ਤਿਆਰ ਹੋ ਗਿਆ ਦੇਖੋ ਬਹੁਤ ਵਧੀਆ ਦੇਖਣ ਨੂੰ ਲੱਗਦੇ ਕਲਰ ਕਿੰਨਾ ਸੋਹਣਾ ਆਇਆ ਇਹਨਾਂ ਦਾ ਤੇ ਜਿੰਨੇ ਵਧੀਆ ਦੇਖਣ ਨੂੰ ਲੱਗ ਤੇ ਓਨੇ ਟੇਸਟੀ ਐ ਖਾਣ ਨੂੰ ਹੁੰਦੇ ਆਪਾਂ ਵੀਡੀਓ ਉਹੀ ਬਣਾਉਣਾ ਜਿਹੜੀ ਸੌਖੇ ਜਿਹੇ ਤਰੀਕੇ ਦੇ ਨਾਲ ਬਣ ਜਾਵੇ ਸਾabsਉ ਤਰੇ ਤਰੀਕੇ ਨਾਲ ਆਪਾਂ ਬਣਾਉਨੇ ਆ ਜੀ ਤੇ ਅਗਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਪਲੀਜ਼ ਸਾਡੇ ਚੈਨਲ ਨੂੰ ਸਪੋਰਟ ਕਰਦਿਆ ਕਰੋ ਜੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਚੰਗੀ ਲੱਗੀ ਮਾੜੀ ਲੱਗੀ ਅਗਰ ਕੋਈ ਕਮੀ ਪੇਸ਼ੀ ਆ ਤਾਂ ਵੀ ਤੁਸੀਂ ਕਮੈਂਟ ਕਰਕੇ ਸਾਨੂੰ ਦੱਸ ਦਿਓ ਤਾਂ ਕਿ ਅੱਗੇ ਤੋਂ ਆਪਾਂ ਉਹਨੂੰ ਸੁਧਾਰ ਸਕੀਏ ਗਲਤੀ ਹਰ ਇੱਕ ਤੋਂ ਹੋ ਜਾਂਦੀ ਸਾਤੋਂ ਵੀ ਹੋ ਸਕਦੀ ਆ ਤੇ ਤੁਸੀਂ ਕਮੈਂਟ ਕਰਕੇ ਦੱਸ ਦਿਓ ਜੀ ਇੱਥੋਂ ਤੋ ਤੋ ਗਲਤੀ ਹੋਈ ਅਸੀਂ ਉਹਨੂੰ ਸੁਧਾਰ ਸਕਦੇ ਆ ਅੱਗੇ ਤੇ ਦੇਖੋ ਆਪਾਂ ਦੂਜਾ ਬੈਚ ਪਾਇਆ ਸੀ ਉਹ ਵੀ ਰੈਡੀ ਹੋ ਗਿਆ ਆਪਾਂ ਪੂਰਾ ਪੂਰੀ ਨਹੀਂ ਦਿਖਾ ਸਕਦੇ ਕਿਉਂਕਿ ਬਹੁਤ ਲੰਬੀ ਵੀਡੀਓ ਹੋ ਜਾਣੀ ਆ ਤੇ ਇਸ ਚੈਨਲ ਨੂੰ ਸਪੋਰਟ ਕਰੋ ਕਿ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਦੇਖੋ ਆਪਾਂ ਪੂਰੇ ਸਨੈਕਸ ਬਣਾ ਕੇ ਰੱਖ ਲਏ ਆ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਲ ਦਿੰਨੀ ਆ ਬਹੁਤ ਵਧੀਆ ਉੱਪਰ ਉਹ ਇਹ ਕਰੰਚ ਬਣੇ ਆ ਕ੍ਰਿਸਪੀ ਆ ਵਿੱਚੋਂ ਬਿਲਕੁਲ ਸੌਫਟ ਆ ਤੇ ਸਾਫ਼ ਸੁਥਰੇ ਢੰਗ ਨਾਲ ਆਪਾਂ ਬਣਾਈ ਬਹੁਤ ਸੌਖੇ ਤਰੀਕੇ ਨਾਲ ਬਣਾਈ ਦੇਖੋ ਉੱਪਰੋਂ ਕਰੰਚ ਆ ਇਹ ਤੇ ਵਿੱਚੋਂ ਇਹ ਬਿਲਕੁਲ ਸੌਫਟ ਆ ਤੋੜ ਕੇ ਦਿਖਾ ਲੀ ਪੱਕੇ ਹੋ ਐਨ ਬਿਲਕੁਲ ਕੱਚੇ ਨਹੀਂ ਹੈਗੇ ਤੇਲ ਵੀ ਬਿਲਕੁਲ ਨਹੀਂ ਇਹਨਾਂ ਦੇ ਵਿੱਚ ਹੈਗਾ ਦੇਖੋ ਕਿੰਨੇ ਵਧੀਆ ਸਨੈਕਸ ਬਣ ਕੇ ਤਿਆਰ ਹੋਏ ਤੁਸੀਂ ਬਣਾਓ ਕਮੈਂਟ ਕਰਕੇ ਦੱਸੋ ਤੁਹਾਡੇ ਸਨੈਕਸ ਕਿੱਦਾਂ ਦੇ ਬਣੇ ਵੀਡੀਓ ਦੇਖਣੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ